ਸ਼ਿੰਗਾਰ ਪਿਆਂ ਦਾ ਇਹ ਵੰਗਾਂ ਨੇ ਦਾਰੀਆਂ ਦਾ ਇਹ ਵੰਗਾਂ ਸ਼ਿੰਗਾਰ ਪਿਆਂ ਦਾ ਇਹ ਵੰਗਾਂ ਨੇ ਦਾਰੀਆਂ ਦਾ ਵਿੱਚ ਸ਼ਗਨਾਂ ਦੇ ਚਾਈ ਚਾਈ ਵਿੱਚ ਸ਼ਗਨਾਂ ਬਸ ਤੂੰ ਰਹਿਣ ਦੇ ਪਾਗਲ ਨਹੀਂ ਆ ਮੈਂ ਸਭ ਸਮਝਦੀ ਹਾਂ ਅੱਛਾ ਬੇਬੇ ਹੁਣ ਚੁੱਪ ਵੀ ਕਰ ਮੈਨੂੰ ਵੀ ਗੱਲ ਕਰ ਲੈਂਦੇ ਉਹਦੇ ਨਾਲ ਠੀਕ ਹੈ ਜੇ ਤੁਸੀਂ ਦੋਨਾਂ ਨੇ ਆਪਸ ਚ ਗੱਲ ਕਰਨੀ ਹੈ ਤਾਂ ਮੈਂ ਇੱਥੇ ਘੜੀ ਕੀ ਕਰ ਰਹੀ ਹਾਂ ਜਾ ਓਏ ਜਾ ਜਿੱਥੇ ਤੂੰ ਜਾਣਾ ਜਾ ਉਹ ਮੈਂ ਕਿਤੇ ਨਹੀਂ ਜਾ ਰਿਹਾ ਇੱਥੇ ਹਾਂ ਮੈਂ ਨਾ ਜਾਈ ਕਿਤੇ ਕੋਈ ਨਾ ਜਾਈ ਉਹ ਪੁੱਤਰਾ ਆਪਣੇ ਪਿਓ ਨੂੰ ਛੱਡ ਕੇ ਨਾ ਜਾਈ ਕਿਤੇ ਨਹੀਂ ਤਾਂ ਇਹ ਤੇਰਾ ਬਾਪ ਤੇਰੇ ਤੋਂ ਬਿਨਾਂ ਰੋ ਰੋ ਕੇ ਮਰ ਜੂਗਾ ਉਹ ਨਾ ਡੈਡੀ ਜੀ ਜਿੰਨੇ ਹੰਝੂ ਤੁਸੀਂ ਮੇਰੇ ਲਈ ਵਹਾਏ ਆ ਨਾ ਮੈਂ ਵਾਅਦਾ ਕਰਦਾ ਕਿ ਇੰਨੀਆਂ ਖੁਸ਼ੀਆਂ ਤੁਹਾਡੀ ਝੋਲੀ ਪਾ ਕੇ ਜਾਊਂਗਾ ਜਾਊਂਗਾ ਫਿਰ ਜਾਊਂਗਾ ਹਾਂ ਜਾਊਂਗਾ ਕਿੱਥੇ ਜਾਏਗਾ ਤੂੰ ਮਜ਼ਾਕ ਕਰਦਾ ਛੋਟੇ ਹੁੰਦੇ ਦੀ ਆਦਤ ਹੈ ਐਡੀ ਛੇਤੀ ਥੋੜਾ ਜਾਊਗੀ ਨਾਲੇ ਹੁਣ ਅੱਛਾ ਹੁਣ ਪਿਓ ਨੂੰ ਮਜ਼ਾਕ ਕਰਦਾ ਖਰਚਾ ਤੈਨੂੰ ਮੈਂ ਦੱਸਦਾ ਕੁੱਟਿਓ ਨਾ ਮੈਂ ਫਿਰ ਸੱਚੀ ਲੰਘ ਜਾਣਾ ਫਿਰ ਰੋਕ ਵੀ ਨਹੀਂ ਮੈਂ ਸੱਚੀ ਲੰਘ ਜਾਣਾ ਮੈਂ ਕਹਿ ਰਿਹਾ ਹੁਣ ਮੈਂ ਭੂਆ ਜੀ ਕੀ ਹੋਇਆ ਮੈਂ ਦੇਖ ਰਹੀ ਹਾਂ ਜਦੋਂ ਤੋਂ ਮੈਂ ਤੁਹਾਨੂੰ ਚੈੱਕ ਦਿਖਾਇਆ ਤੁਸੀਂ ਹੈਰਾਨ ਹੀ ਹੋਈ ਜਾ ਰਹੇ ਹੋ ਹੈਰਾਨ ਤਾਂ ਹੁਣੇ ਹੀ ਨਾ ਪ੍ਰੀਤ ਉਹਨੇ ਇੰਨਾ ਸਾਰਾ ਪੈਸਾ ਸਿਰਫ ਤੇਰੇ ਕਰਕੇ ਛੱਡ ਦਿੱਤਾ ਛੱਡ ਨਹੀਂ ਦਿੱਤਾ ਉਹਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਅਹਿਸਾਨ ਕਰਕੇ ਗਿਆ ਮੇਰੇ ਤੇ ਉਹ ਚਾਹੁੰਦਾ ਇਹੀ ਸੀ ਕਿ ਮੈਂ ਸਾਰੀ ਉਮਰ ਉਸਦੇ ਇਸ ਅਹਿਸਾਨ ਥੱਲੇ ਦੱਬ ਕੇ ਰਵਾਂ ਤੇ ਇਹ ਸੋਚ ਸੋਚ ਕੇ ਪਛਤਾਉਂਦੀ ਰਵਾਂ ਕਿ ਮੈਂ ਉਹਦੇ ਨਾਲ ਵਿਆਹ ਕਰਨ ਲਈ ਹਾਂ ਕਿਉਂ ਨਹੀਂ ਕੀਤੀ ਇਸ ਗੱਲ ਦਾ ਗੁੱਸਾ ਮੈਨੂੰ ਵੀ ਹੈ ਕਿ ਤੂੰ ਉਸ ਨਾਲ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ ਜਦਕਿ ਪ੍ਰੀਤ ਤੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਤੈਨੂੰ ਕਿੰਨਾ ਪਿਆਰ ਕਰਦਾ ਸੀ ਫਿਰ ਉਹੀ ਗੱਲ ਪਿਆਰ ਕਰਦਾ ਸੀ ਕਿਸੇ ਨੇ ਇਹ ਨਹੀਂ ਦੇਖਿਆ ਕਿ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਸੀ ਕਿੰਨਾ ਲੜੀ ਮੈਂ ਕਿੰਨਾ ਰੋਈ ਮੈਂ ਉਹਦੇ ਕਰਕੇ ਅਜੇ ਮੇਰੇ ਚ ਹਿੰਮਤ ਸੀ ਮੈਂ ਉਹਨੂੰ ਕਿਹਾ ਸੀ ਕਿ ਰੁਕ ਜਾ ਮੈਂ ਕਿਹਦੇ ਕਿਹਦੇ ਖਿਲਾਫ ਨਹੀਂ ਗਈ ਮੈਂ ਕਿਹਾ ਸੀ ਨਾ ਮੈਂ ਆਪਣੀ ਮੰਮੀ ਬਾਬੂ ਜੀ ਨੂੰ ਕਿਸੇ ਵੀ ਤਰ੍ਹਾਂ ਮਨਾ ਲੂੰਗੀ ਤੂੰ ਨਾ ਜਾ ਆਪਾਂ ਵਿਆਹ ਕਰ ਲਾਂਗੇ ਪਰ ਨਹੀਂ ਉਹਦੇ ਚ ਹਿੰਮਤ ਨਹੀਂ ਸੀ ਆਪਣੇ ਦੋਸਤ ਲਈ ਮੇਰੀ ਕੁਰਬਾਨੀ ਦੇ ਕੇ ਚਲਾ ਗਿਆ ਉਹ ਤਾਂ ਅੱਜ ਤੱਕ ਇੰਦਰ ਨੂੰ ਇਹ ਨਹੀਂ ਕਹਿ ਸਕਿਆ ਕਿ ਪ੍ਰੀਤ ਤੂੰ ਮੈਂ ਪਿਆਰ ਕਰਦਾ ਮੈਂ ਵਿਆਹ ਕਰਾਉਣਾ ਉਹਦੇ ਨਾਲ ਕਿੰਨਾ ਰੋਕਿਆ ਮੈਂ ਉਹਨੂੰ
ਕਿੰਨੀਆਂ ਮਿੰਤਾਂ ਕੀਤੀਆਂ, ਨਹੀਂ ਰੁਕਿਆ, ਚਲਾ ਗਿਆ ਮੈਨੂੰ ਛੱਡ ਕੇ। ਤੇ ਹੁਣ ਜਦ ਮੈਂ ਆਪਣੇ ਦਿਲ ਨੂੰ ਸਮਝਾ ਰਿਹਾ ਤੇ ਉਹ ਵਾਪਿਸ ਆ ਗਿਆ, ਤਾਂ ਵਾਪਿਸ ਆ ਕੇ ਕਹਿੰਦਾ ਕਿ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਣਾ। ਏਦਾਂ ਨਹੀਂ ਹੁੰਦਾ ਭੂਆ ਜੀ, ਮੈਂ ਆਪਣੀ ਜ਼ਿੰਦਗੀ ਦੀ ਡੋਰ ਉਹਦੇ ਹੱਥ ਫੜਾਈ ਸੀ, ਪਰ ਮੈਂ ਉਹਦੇ ਹੱਥਾਂ ਦੀ ਕਠਪੁਤਲੀ ਨਹੀਂ ਬਣੀ। ਮੇਰੀ ਆਪਣੀ ਜ਼ਿੰਦਗੀ ਹੈ ਜਿਹਦੇ ਫੈਸਲੇ ਮੈਂ ਆਪ ਲੈ ਸਕਦੀ ਹਾਂ। ਤੇ ਜਾਂਦੇ ਜਾਂਦੇ ਵੀ ਦੇਖ ਲਓ, ਜ਼ਮੀਨ ਮੇਰੇ ਨਾਂ ਤੇ ਲਾ ਗਿਆ, ਸਭ ਦੀ ਨਜ਼ਰ ਸੱਚਾ ਬਣ ਗਿਆ ਤੇ ਮੈਨੂੰ ਉਹਨੇ ਫੇਰ ਝੂਠਾ ਪਾ ਦਿੱਤਾ। ਪ੍ਰੀਤ, ਪਿਆਰ ਵਿੱਚ ਕੋਈ ਸੱਚਾ ਝੂਠਾ ਨਹੀਂ ਹੁੰਦਾ, ਪਿਆਰ ਸਿਰਫ ਪਿਆਰ ਹੁੰਦਾ। ਚੱਲ ਤੂੰ ਬਸ ਕਰ ਹੁਣ। ਮੈਂ ਤਾਂ ਬਸ ਹੀ ਕੀਤੀ ਹੋਈ ਹੈ, ਬਸ ਕਰ ਦਿੱਤੀ ਸੀ ਮੈਂ, ਪਰ ਕੋਈ ਮੈਨੂੰ ਬਸ ਕਰਨ ਨਹੀਂ ਦਿੰਦਾ। ਕਿੰਨੀ ਵਾਰੀ ਕਿਹਾ ਮੈਂ ਉਹ ਸਭ ਕੁਝ ਭੁੱਲਣਾ ਚਾਹੁੰਦੀ ਹਾਂ, ਪਰ ਮੈਨੂੰ ਫੇਰ ਉਸਨੂੰ ਯਾਦ ਕਰਨ ਲਈ ਮਜਬੂਰ ਕੀਤਾ ਜਾਂਦਾ। ਮੈਂ ਕਿਉਂ ਉਹਨੂੰ ਯਾਦ ਕਰਾਂ, ਕਿਉਂ ਕਰਾਂ? ਤੂੰ ਸਹੀ ਕਹਿ ਰਹੀ ਹਾਂ ਕਿ ਤੈਨੂੰ ਉਹਦੇ ਬਾਰੇ ਹੁਣ ਸੋਚਣਾ ਨਹੀਂ ਚਾਹੀਦਾ। ਮੈਂ ਵੀ ਉਸਦੇ ਬਾਰੇ ਸੋਚ ਰਹੀ ਸੀ, ਪਰ ਇਹ ਨਹੀਂ ਸੋਚਿਆ ਕਿ ਤੇਰੇ ਦਿਲ ਤੇ ਕੀ ਬੀਤ ਰਹੀ ਹੋਏਗੀ। ਪ੍ਰੀਤ, ਮੈਂ ਹੁਣ ਉਸ ਬਾਰੇ ਤੇਰੇ ਨਾਲ ਕੋਈ ਗੱਲ ਨਹੀਂ ਕਰਾਂਗੀ। ਅੱਛਾ ਇਹ ਦੱਸ ਕਿ ਇਹ ਚੈੱਕ ਦਾ ਕੀ ਕਰੇਂਗੀ ਹੁਣ? ਕਰਨਾ ਕੀ ਹੈ? ਜਿਹਦਾ ਚੈੱਕ ਉਹਨੂੰ ਵਾਪਿਸ ਕਰ ਦੂੰਗੀ। ਤੁਸੀਂ ਬੜੀ ਪੱਕੀ ਤਿਆਰ ਕੀਤੀ ਹੈ, ਜ਼ਮੀਨ ਮਿਲ ਜੂ ਆਪਾਂ ਨੂੰ? ਪਿਓ ਹੈ ਮੈਂ ਤੇਰਾ, ਪਿਓ ਉਹ ਪਤਾ ਮੈਨੂੰ, ਮੈਂ ਕਿਹੜਾ ਤੁਹਾਡੇ ਤੋਂ ਸਰਟੀਫਿਕੇਟ ਮੰਗਿਆ? ਮੈਂ ਤਾਂ ਇਹ ਕਹਿ ਰਿਹਾ ਸੀ ਵੀ ਇੱਕ ਵਾਰ ਪਿਆਰ ਨਾਲ ਕੋਸ਼ਿਸ਼ ਕਰਕੇ ਦੇਖ ਲਈਏ, ਕੀ ਪਤਾ ਪ੍ਰੀਤ ਮੰਨੀ ਜਾਵੇ। ਨਹੀਂ ਪੁੱਤ ਨਹੀਂ, ਜ਼ਮੀਨ ਦੇਖ ਕੇ ਤਾਂ ਸਗੇ ਭਰਾਵਾਂ ਦੇ ਵਿੱਚ ਫੁੱਟ ਪੈ ਜਾਂਦੀ ਹੈ, ਨੀਤ ਬਦਲ ਜਾਂਦੀ ਹੈ, ਅਸੀਂ ਤਾਂ ਫਿਰ ਬਗਾਨੇ। ਠੀਕ ਹੈ, ਤੁਹਾਡੀ ਮਰਜ਼ੀ ਹੈ। ਵੈਸੇ ਮੈਨੂੰ ਤੁਹਾਡੀ ਕੇਸ ਵਾਲੀ ਗੱਲ ਕੋਈ ਜੱਜੀ ਨਹੀਂ। ਮੈਂ ਫਿਰ ਕੇਸ ਦੇ ਬਿੰਦੀ ਸੁਰਖੀ ਲਾਵਾਂ? ਉਹ ਛੱਡੋ ਯਾਰ, ਤੁਹਾਡੇ ਨਾਲ ਕਿਹੜਾ ਗੱਲ ਕਰੇ, ਕਰ ਲਓ ਜੋ ਕਰਨਾ, ਤੁਹਾਡੀ ਵੀ ਚੱਲਣੀ ਹੈ, ਮੈਨੂੰ ਕਿਹੜਾ ਪੁੱਛਦਾ ਇੱਥੇ। ਲੈ, ਤੈਨੂੰ ਵੀ ਪੁੱਛਿਆ ਕਿਸੇ ਨੇ, ਵੱਜਿਆ ਫੋਨ, ਦੇਖ ਦੇ। ਲੈ, ਤੈਨੂੰ ਵੀ ਪੁੱਛਿਆ ਕਿਸੇ ਨੇ, ਵੱਜਿਆ ਫੋਨ, ਦੇਖ ਦੇ। ਡੈਡ, ਡੈਡ ਕੀ ਹੋ ਗਿਆ? ਕਰੰਟ ਮਾਰਦਾ ਫੋਨ? ਡੈਡ ਪ੍ਰੀਤ ਦਾ ਫੋਨ। ਮੂਰਖਾ, ਇਹ ਫੋਨ ਮੈਂ ਲੈ ਕੇ ਦਿੱਤਾ ਸੀਗਾ ਆਪ, ਮੈਨੂੰ ਯਾਦ ਹੈ। ਡੈਡ ਪ੍ਰੀਤ ਦਾ ਫੋਨ ਆ ਰਿਹਾ। ਹੋ ਹੀ ਨਹੀਂ ਸਕਦਾ, ਮੇਰੀਆਂ ਗੱਲਾਂ ਤੇ ਭਰੋਸਾ ਕਰ ਗਈ ਹੋਣੀ ਹੈ, ਮਿਲਣਾ ਚਾਹੁੰਦੀ ਹੋਣੀ ਮੈਨੂੰ। ਹੋ ਹੀ ਨਹੀਂ ਸਕਦਾ ਉਹ ਤੈਨੂੰ ਮਿਲੇ। ਚੱਲ ਐਂ ਕਰੋ, ਸ਼ਰਤ ਲਾ ਲਓ। ਲਾਉਂਦੇ ਹਾਂ? ਲਾ ਲਾ ਸ਼ਰਤ। ਆ ਜਾਓ, ਦੱਸੋ ਕਿੰਨੇ ਕਿੰਨੇ ਦੀ? 100-100 ਦੀ। ਉਹ ਮੇਰੇ ਕੰਜੂਸ ਪਿਓ ਜੀ, ਥੋੜੇ ਉੱਪਰ ਨੂੰ ਵਧੋ, 1000-1000 ਰੁਪਏ ਦੀ। ਠੀਕ ਹੈ, 1000 ਦੀ। ਪੱਕਾ? ਪੱਕਾ। ਦੇਖ ਲਓ, ਮੁੱਕਰ ਨਾ ਜਾਇਓ। ਬਾਪ ਤੇ ਯਕੀਨ ਨਹੀਂ ਕਰੇਗਾ, ਗੁਆਂਢੀਆਂ ਤੇ ਯਕੀਨ ਕਰੇਗਾ ਫਿਰ। ਦੇਖ ਲਓ, ਮੈਂ ਚੱਕਣ ਲੱਗਿਆ ਫੋਨ। ਚੱਕੋ ਜੀ, ਚੱਕੋ ਜੀ। ਚਲੋ ਫਿਰ, ਕਰਾਂ ਗੱਲ। ਕਰ।
ਬੜਾ ਅਜੀਬ ਬੰਦਾ ਯਾਰ, ਆਪ ਸਾਰੀ ਦਿਹਾੜੀ ਫੋਨ ਕਰ ਕਰਕੇ ਪਰੇਸ਼ਾਨ ਕਰ ਦੇਗਾ, ਹੁਣ ਮੈਂ ਕਰ ਰਹੀ ਹਾਂ ਤੇ ਚੁੱਕਦਾ ਨਹੀਂ ਪਿਆ, ਪਾਗਲ ਯਾਰ। ਹੈਲੋ ਕੱਟਿਆ ਗਿਆ ਔਰ ਸਾਲ ਭਰ ਬਜਦੀ ਰਹਿਣੀ ਸੀ ਇਹ ਘੰਟੀ, ਲੱਗਦਾ ਸ਼ਰਤ ਦਾ। ਹੁਣ ਕੀ ਕਰਾਂ ਫਿਰ? ਹੁਣ ਇਹ ਵੀ ਮੈਂ ਹੀ ਦੱਸਾਂ, ਤੂੰ ਕਰ ਲੈ ਫੋਨ। ਹੋਰ ਕੀ ਖੋਤਾ, ਹੈਲੋ ਪ੍ਰੀਤ, ਫੋਨ ਕੀਤਾ ਸੀ? ਇੱਕ ਵਾਰੀ ਨਹੀਂ ਬਹੁਤ ਵਾਰੀ ਕੀਤਾ। ਸੋਰੀ ਯਾਰ, ਤੈਨੂੰ ਤਾਂ ਪਤਾ ਹੀ ਹੈ ਮੈਂ ਜੋਬ ਕਰਨ ਲੱਗ ਗਿਆ, ਬਿਜ਼ੀ ਬਹੁਤ ਹੁੰਦਾ ਯਾਰ, ਟਾਈਮ ਹੀ ਨਹੀਂ ਹੁੰਦਾ, ਰੋਟੀ ਖਾਣ ਦਾ ਵੀ ਟਾਈਮ ਨਹੀਂ। ਉੱਪਰੋਂ ਤੈਨੂੰ ਪਤਾ ਸੌ ਪਰੇਸ਼ਾਨੀਆਂ, ਪਤਾ ਹੀ ਹੈ ਤੈਨੂੰ ਯਾਰ ਉਹ ਕਿੰਨੇ। ਹਾਂ ਹਾਂ ਦੱਸ ਕਿਉਂ ਕੀਤਾ ਸੀ ਫੋਨ? ਵਿੱਕੀ ਮੈਂ ਤੈਨੂੰ ਮਿਲਣਾ। ਡੈਡ ਜਿੱਤ ਗਿਆ। ਦੇਖਿਆ ਡੈਡ, ਦੇਖਿਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੇਰੇ ਤੇ ਭਰੋਸਾ ਕਰਦੇ ਕਿ ਜੇ ਮੈਂ ਸੁਧਰ ਜਾਵਾਂ ਤਾਂ ਪ੍ਰੀਤ ਮੇਰੇ ਨਾਲ ਗੱਲ ਕਰੇਗੀ, ਮੇਰੇ ਤੇ ਭਰੋਸਾ ਕਰੇਗੀ। ਖੋਤੇ ਦਾ ਵੀ ਦਿਮਾਗ ਚੱਲ ਪਿਆ। ਹਾਂ ਪ੍ਰੀਤ, ਹਾਂ ਫਿਰ ਮਿਲਦੇ ਹਾਂ ਆਪਾਂ, ਠੀਕ ਹੈ? ਆ ਗਈ ਨਾ ਲੈਣ ਤੇ, ਕਿਹਾ ਸੀ ਨਾ ਮੈਂ ਲੈ ਆਊ, ਤੁਸੀਂ ਐਵੇਂ ਕੇਸ ਰੋਕਣ ਤੇ ਲੱਗੇ ਸੀ। ਚਲੋ ਠੀਕ ਹੈ, ਠੀਕ ਹੈ ਪੁੱਤ, ਠੀਕ ਹੈ, ਇੱਕ ਵਾਰੀ ਤੇਰੀ ਲੱਤ ਹੋ ਗਈ ਉੱਪਰ, ਉਹਨੂੰ ਤੂੰ ਮਿਲ ਲੈ, ਦੇਖ ਕਹਿੰਦੀ ਕੀ ਹੈ। ਉਹ ਤਾਂ ਮਿਲੂੰਗਾ ਜੀ, ਅਗਲੀ ਨੇ ਬੁਲਾਇਆ ਕੱਲ। ਕੀ 1000 ਰੁਪਿਆ ਮਿਲੂੰਗੀ? ਕਦੋਂ? ਕੱਲ। ਫਿਰ ਪੈਸੇ ਵੀ ਕੱਲ ਨੂੰ ਮਿਲਣਗੇ। ਡੈਡ ਸਨ, ਤੂੰ ਕੀ ਸੋਚਦਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ? ਨਹੀਂ ਯਾਰ ਪ੍ਰੀਤ, ਇੱਕ ਮਿੰਟ ਹੋਲਡ ਕਰੀ। ਪ੍ਰੀਤ ਪ੍ਰੀਤ ਪ੍ਰੀਤ, ਤੁਸੀਂ ਇੱਦਾਂ ਰਿਐਕਟ ਕਰ ਰਹੇ ਹੋ ਜਿੱਦਾਂ ਤੁਹਾਨੂੰ ਭੂਤ ਚਿੰਬੜ ਗਏ ਹੁੰਦੇ ਆ। ਜਿਹੜੀ ਖਬਰ ਮੈਂ ਤੈਨੂੰ ਦੱਸਣ ਲੱਗੀ ਹਾਂ ਨਾ, ਉਹ ਸੁਣ ਕੇ ਤੈਨੂੰ ਵੀ ਭੂਤ ਚਿੰਬੜ ਜਾਣੇ ਆ। ਅੱਛਾ, ਫਿਰ ਤਾਂ ਮੈਂ ਜਲਦੀ ਸੁਣਨਾ ਚਾਹਾਂਗੀ ਕਿਹੜੀ ਭੂਤਾਂ ਵਾਲੀ ਖਬਰ ਲੈ ਕੇ ਆਏ ਹੋ। ਲੈ ਸੁਣ ਫਿਰ, ਨਵਜੋਤ ਹੁਣ ਕਿਤੇ ਨਹੀਂ ਜਾ ਰਿਹਾ, ਉਹਨੇ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ। ਉਹਨੇ ਮੈਨੂੰ ਆਪ ਦੱਸਿਆ, ਉਹ ਕਹਿੰਦਾ ਕਿ ਹੁਣ ਉਹ ਇੱਥੇ ਹੀ ਰਹਿ ਕੇ ਚਾਚਾ ਦੇ ਚਾਚੀ ਦੀ ਸੇਵਾ ਕਰੇਗਾ। ਕਿੰਨੀ ਖੁਸ਼ੀ ਵਾਲੀ ਗੱਲ ਹੈ ਨਾ ਪ੍ਰੀਤ। ਕੀ ਹੋਇਆ, ਤੈਨੂੰ ਖੁਸ਼ੀ ਨਹੀਂ ਹੋਈ? ਖੁਸ਼ੀ ਹੋਵੇ ਚਾਚਾ ਤੇ ਚਾਚੀ ਜੀ ਨੂੰ ਜਿਹਨਾਂ ਦੀ ਇੱਥੇ ਰਹਿ ਕੇ ਉਹ ਸੇਵਾ ਕਰਨ ਵਾਲਾ ਹੈ। ਖੁਸ਼ੀ ਹੋਵੇ ਮੇਰੇ ਮੰਮੀ ਬਾਊ ਜੀ ਨੂੰ ਜਿਹਨਾਂ ਨੂੰ ਤਾਇਆ ਜੀ ਤਾਈ ਜੀ ਕਹਿ ਕੇ ਉਹਨਾਂ ਦੇ ਪੈਰੀ ਹੱਥ ਲਾਉਂਦਾ ਫਿਰਦਾ। ਖੁਸ਼ੀ ਹੋਵੇ ਤੁਹਾਨੂੰ ਜੇ ਤੇ ਇੰਨੇ ਖਰਚੇ ਕਰਦਾ।
ਮੈਨੂੰ ਕਾਹਦੀ ਖੁਸ਼ੀ ਹੋਵੇ? ਜਦੋਂ ਦਾ ਆਇਆ ਉਸ ਚੀੜੂ ਤੋਂ ਮੇਰੇ ਲਈ 10 ਰੁਪਏ ਦੀ ਚਾਕਲੇਟ ਨਹੀਂ ਸਰੀ। ਅੱਛਾ, ਫਿਰ ਜੈਲਸ ਹੋ ਰਹੀ ਹੈ ਮੈਡਮ। ਕੋਈ ਗੱਲ ਨੀ, ਮੈਂ ਵੀ ਇਹ ਖੁਸ਼ਖਬਰੀ ਜਾ ਕੇ ਮੰਮੀ ਦੇ ਪਾਉਚੀ ਨੂੰ ਸੁਣਾਉਂਦੀ ਹਾਂ। ਜਲਦੀ ਉੱਪਰ ਬੈਠੇ, ਤੁਹਾਡੀ ਖੁਸ਼ਖਬਰੀ ਦੀ ਵੇਟ ਕਰ ਰਹੇ। ਜਾਓ, ਜਾ ਰਹੀ ਹਾਂ ਮੈਂ। ਕਿੰਨਾ ਨਿਕੰਮਾ ਹੈ, ਇੱਥੇ ਟਿਕ ਗਿਆ। ਹੁਣ ਇਹਨੂੰ ਤੰਗ ਕਰਨ ਲਈ ਰੋਜ਼ ਨਵੇਂ ਨਵੇਂ ਆਈਡੀਆ ਸੋਚਣੇ ਪੈਣੇ ਆ। ਹਾਂ ਰਿਤੂ, ਅੱਛਾ ਮੇਰੀ ਗੱਲ ਸੁਣ, ਤੇਰੇ ਕੋਲ ਕਿਸੇ ਨੂੰ ਤੰਗ ਕਰਨ ਦੇ ਲਈ ਕੋਈ ਯੂਨੀਕ ਜਿਹਾ ਆਈਡੀਆ ਹੈ? ਯਾਰ, ਕਿਸੇ ਨੂੰ ਇੱਥੋਂ ਭਜਾਣਾ ਹੈ। ਦੇਖ ਪੁੱਤ, ਇਸ ਕੰਧ ਦੇ ਨਾਲ ਨਾ ਜਿਹੜੇ ਉਹ ਸਾਹਮਣੇ ਆਪਣੇ 5 ਕਿੱਲੇ ਆ, ਉਹਨਾਂ ਸਾਰਿਆਂ 'ਚ ਗੰਨਾ ਬੀਜਿਆ ਸੀ। 10 ਟਰਾਲੀਆਂ ਤਾਂ ਮਿਲ 'ਚ ਸੁੱਟ ਆਇਆ ਬਾਈ। ਹੋਰ ਹੁਣ ਪਰਚੀਆਂ ਆਉਣਗੀਆਂ ਤਾਂ ਉਹ 2 ਕਿੱਲੇ ਵੀ ਮਿਲ 'ਚ ਲੈ ਜਾ ਕੇ। ਬਹੁਤ ਗੰਨਾ ਨਿਕਲਿਆ ਇਸ ਵਾਰ। ਇਸ ਤੋਂ ਪਹਿਲਾਂ ਇੱਥੇ ਕਣਕ ਸੀ। ਅੱਛਾ ਜੀ। ਉਹ ਕਣਕ ਨਿਕਲੀ, ਕੰਬਾਈਨ ਵੜਦੀ ਸੀ, ਰੋਕ ਦਿੰਦੇ ਸੀ ਕੰਬਾਈਨ ਨੂੰ। ਉਹ ਮੈਨੂੰ ਸਭ ਪਤਾ ਡੈਡੀ ਜੀ। ਕੀ ਪਤਾ ਤੈਨੂੰ? ਮੈਂ ਬੋਲਦਾ ਨਾ, ਮੈਨੂੰ ਕਹਿ ਲੈਣ ਦੇ, ਮੈਨੂੰ ਚੰਗਾ ਲੱਗਦਾ ਦੱਸਣਾ ਯਾਰ। ਠੀਕ ਆ, ਵਿੱਚ ਬੋਲੀ ਜਾਂਦਾ ਮੈਂ। ਤੇ ਉਹ ਸੜਕ ਤੋਂ ਪਰਲੇ ਪਾਸੇ ਸੂਰਜਮੁਖੀ ਦੇ 5 ਕਿੱਲੇ ਸੀ। ਯੂਨੀਵਰਸਿਟੀ ਮੇਲਾ ਲੱਗਿਆ, ਨਵਾਂ ਬੀਜ ਲੈ ਕੇ ਆਇਆ ਸੀ ਯੂਨੀਵਰਸਿਟੀ ਤੋਂ। ਅੱਛਾ ਜੀ। ਇੰਨੀ ਚੰਗੀ ਵਧੀਆ ਸੂਰਜਮੁਖੀ ਸੀ, ਉਹ ਖੜੀ ਪੈ ਗਈ ਯਾਰ, ਬਟਣ ਦੀ ਵੀ ਲੋੜ ਨੀ ਪਈ ਸਾਨੂੰ। ਤੇ ਇਹ ਤਾਂ ਨੀ ਪਤਾ ਤੈਨੂੰ? ਪਤਾ ਤਾਂ ਹੈਗਾ, ਪਰ ਕੋਈ ਨੀ, ਤੁਸੀਂ ਲੱਗੇ ਰਹੋ। ਹਾਂ ਹਾਂ। ਤੇਰਾ ਕੀ ਮਤਲਬ ਹੈ? ਨਾ ਹੀ ਬੋਲੀ ਜਾਣਾ। ਓਏ ਜੱਟ ਦਾ ਪੁੱਤ ਹੈ, ਪਤਾ ਹੋਣਾ ਚਾਹੀਦਾ ਜ਼ਮੀਨ ਬਾਰੇ, ਫਸਲਾਂ ਬਾਰੇ। ਇਹ ਕਿੱਥੋਂ ਆ ਗਿਆ ਹੁਣ? ਕਿਉਂ, ਮੈਂ ਨਹੀਂ ਆ ਸਕਦਾ? ਓਏ ਆ ਸਕਦਾ, ਆ ਸਕਦਾ, ਫੇਰ ਕਿਉਂ ਨਹੀਂ ਸਕਦਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓ ਯਾਰ ਨਵਜੋਤ, ਅਸੀਂ ਤਾਂ ਸੋਚਿਆ ਸੀ ਤੇਰੇ ਬਹਾਨੇ ਆਪਾਂ ਵੀ ਕੈਨੇਡਾ ਘੁੰਮ ਆਵਾਂਗੇ, ਤਾਂ ਇੱਥੇ ਹੀ ਆ ਕੇ ਬਹਿ ਗਿਆ ਇੰਡੀਆ ਵਿੱਚ। ਹੈ ਬਲਰਾਜ ਜੀ, ਜੇ ਤੈਨੂੰ ਸ਼ੌਕ ਹੈ ਨਾ ਕੈਨੇਡਾ ਘੁੰਮਣ ਦਾ, ਤਾਂ ਤੂੰ ਚਲਾ ਜਾ। ਬਹੁਤਾ ਕਰਦਾ, ਤੇਰੇ ਟਿਕਟ ਦੇ ਪੈਸੇ ਮੈਂ ਦੇ ਦਿੰਦਾ। ਗੱਲਾਂ ਮਾਰੀ ਜਾਂਦਾ, ਜਾਓ ਕੈਨੇਡਾ। ਉਹ ਟਿਕਟ ਤਾਂ ਇਹਦੀ ਮੈਂ ਵੀ ਕਰਾ ਦੂੰਗਾ, ਪਰ ਇਹ ਜਾਣ ਲਈ ਮੰਨੇ ਤਾਂ ਨਾ। ਕਿਉਂ ਬਈ? ਮੇਰੀ ਗੱਲ ਸੁਣ ਬਲਰਾਜ, ਤੂੰ ਬਾਰ ਬਾਰ ਕੈਨੇਡਾ ਜਾਣ ਦੀਆਂ ਗੱਲਾਂ ਉਹਦੇ ਨਾਲ ਕਿਉਂ ਕਰਦਾ? ਹੈਂ, ਓਏ ਉਹ ਭੁੱਲ ਗਿਆ ਕੈਨੇਡਾ ਦੀਆਂ ਸੜਕਾਂ, ਉਹਨੇ ਨੀ ਜਾਣਾ ਉੱਥੇ, ਇੱਥੇ ਰਹੂ ਉਹ ਸਾਡੇ ਕੋਲੇ। ਅੱਛਾ, ਫਿਰ ਤਾਂ ਯਾਰ ਤੂੰ ਮੇਰੀ ਉਮੀਦ ਹੀ ਤੋੜ ਦਿੱਤੀ ਹੈ। ਉਹ ਮੈਂ ਤਾਂ ਸੋਚਿਆ ਸੀ ਤੂੰ ਕੈਨੇਡਾ ਜਾ ਕੇ ਉੱਥੋਂ ਮੇਮ ਵਿਆਹ ਕੇ ਲਿਆਏਗਾ, ਜਿਹੜੀ ਤੁਹਾਡੇ ਘਰ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਗਿੱਟ ਮਿੱਟ ਕਰੇਗੀ। ਤੇ ਆ ਬੁੱਢਾ ਬੁੱਢੀ ਸੋਚਣਗੇ ਸਾਡੀਆਂ ਤਾਰੀਫਾਂ ਕਰਦੀ ਹੈ, ਉਹ ਪਤਾ ਨਹੀਂ ਗਾਲਾਂ ਕੱਢੂਗੀ ਜਾਂ ਕਿਆ ਕਹੂਗੀ। ਤੂੰ ਤਾਂ ਯਾਰ ਸਾਡਾ ਬਸ ਦਿਲੇ ਤੋੜਦਾ। ਪਰ ਜੇ ਤੈਨੂੰ ਸ਼ੌਕ ਹੈ ਨਾ ਮੇਮ ਦਾ, ਤਾਂ ਤੂੰ ਆਪਣੇ ਪੁੱਤ ਨੂੰ ਲੈ ਜਾ ਉੱਥੇ, ਉਹਦਾ ਵਿਆਹ ਕਰ ਜਾ ਕੇ। ਹੈਂ, ਓਏ ਸਾਡਾ ਪੁੱਤ ਸਾਡੇ ਕੋਲੇ ਰਹੂ ਪੰਜਾਬ 'ਚ, ਇੱਥੇ ਵਿਆਹ ਕਰਾਂਗੇ ਅਸੀਂ ਉਹਦਾ ਗੱਜ ਵੱਜ ਕੇ। ਤੂੰ ਤਾਂ ਯਾਰ ਐਵੇਂ ਤੱਤਾ ਹੋਈ ਜਾਂਦਾ। ਮੈਂ ਤਾਂ ਬਕੌਲ ਕਰ ਰਿਹਾ ਸੀ ਤੈਨੂੰ। ਮੈਨੂੰ ਤਾਂ ਜਦ ਪਤਾ ਲੱਗਿਆ ਨਾ ਕਿ ਨਵਜੋਤ ਨੇ ਵਾਪਸ ਜਾਣ ਦਾ ਫੈਸਲਾ ਬਦਲ ਦਿੱਤਾ ਹੈ ਨਾ, ਸੱਚੀ ਦੱਸਾਂ ਮੈਂ ਬਹੁਤ ਖੁਸ਼ ਹੋਇਆ। ਮੈਂ ਤਾਂ ਭੱਜਿਆ ਆਇਆ ਤੈਨੂੰ ਵਧਾਈ ਦੇਣ ਵਾਸਤੇ। ਵਧਾਈ ਹੋਵੇ ਮੇਰੇ ਯਾਰ, ਹੁਣ ਤਾਂ ਨਵਜੋਤ ਖੇਤੀ 'ਚ ਵੀ ਤੇਰਾ ਸਾਥ ਦਊਗਾ। ਨਾ ਤਾਂ ਜੀ,
ਖੇਤੀ ਦੀ ਗੱਲ ਨਾ ਕਰੋ, ਹੁਣ ਜੇ ਆਪਾਂ ਇੱਥੇ ਰਹਿਣਾ ਹੀ ਆ ਤਾਂ ਆਪਣਾ ਬਿਜ਼ਨਸ ਕਰਾਂਗੇ। ਅੱਛਾ ਉਹ ਤਾਂ ਕੀ ਲੋੜ ਹੈ, ਆਪਣੇ ਕੋਲ ਇੰਨੀ ਜ਼ਮੀਨ ਜਾਇਦਾਦ ਹੈ। ਉਹ ਡੈਡੀ ਜਿਹੜੀ ਕੰਪਨੀ ਮੈਂ ਬਾਹਰ ਖੋਲੀ ਸੀ ਨਾ ਕੈਨੇਡਾ ਵਿੱਚ, ਉਹੀ ਕੰਪਨੀ ਇੱਥੇ ਖੋਲਾਂਗੇ ਤੇ ਨਾਲੇ ਉਹਦੇ ਲਈ ਮੈਨੂੰ ਥੋੜ੍ਹੇ ਦਿਨਾਂ ਲਈ ਕੈਨੇਡਾ ਜਾਣਾ ਹੀ ਪੈਣਾ। ਮੈਂ ਤੈਨੂੰ ਇੰਨੀ ਵਾਰ ਕਿਹਾ ਤੂੰ ਮੇਰੇ ਨਾਲ ਇਹੋ ਜਿਹਾ ਮਜ਼ਾਕ ਨਾ ਕਰਿਆ ਕਰ। ਹੁਣ ਤੁਸੀਂ ਪੁੱਠੇ ਪਾਸੇ ਨਾ ਸੋਚਣ ਲੱਗ ਜਾਓ, ਜਿਹੜਾ ਕੰਮ ਆਪਾਂ ਬਾਹਰ ਸ਼ੁਰੂ ਕਰਿਆ ਐਡੀ ਕੰਪਨੀ ਲਾਈ ਹੈ, ਹੁਣ ਉਹ ਕਿਸੇ ਹੱਥ ਕੰਡੇ ਤਾਂ ਲਾਉਣੀ ਪੈਣੀ ਹੈ ਨਾ, ਜਾਂ ਤੁਹਾਨੂੰ ਵੇਚਾਂਗੇ ਨਹੀਂ ਤਾਂ ਫਿਰ ਬੰਦ ਕਰਨੀ ਪੈਣੀ ਆ। ਆ ਜਾਊਂਗਾ ਮੈਂ ਫਿਰ। ਧਰਮ ਸਿਆ ਨਵਜੋਤ ਠੀਕ ਕਹਿ ਰਿਹਾ, ਇੱਕ ਵਾਰ ਤਾਂ ਇਹਨੂੰ ਵਾਪਸ ਜਾਣਾ ਹੀ ਪੈਣਾ। ਚੱਲ ਠੀਕ ਹੈ, ਛੇਤੀ ਵਾਪਸ ਆ ਜੀ, ਨਹੀਂ ਤਾਂ ਮੈਂ ਤੇਰੇ ਨਾਲ ਨਾਰਾਜ਼ ਹੋ ਜੂ, ਫੇਰ ਨਹੀਂ ਕਦੇ ਬੋਲਣਾ। ਆ ਜਾਊਂਗਾ ਡੈਡੀ ਜੀ, ਆ ਜਾਊਂਗਾ, ਲੇਕਿਨ ਮੈਂ ਹੁਣੇ ਚੱਲਿਆ, ਇੱਥੇ ਕੰਪਨੀ ਖੋਲ ਕੇ ਜਾਊਂਗਾ, ਕੰਮ ਸ਼ੁਰੂ ਕਰਕੇ ਜਾਊਂਗਾ ਉਹਦਾ, ਠੀਕ ਹੈ ਨਾ? ਤੇ ਫਿਰ ਐਂ ਕਹਿ ਨਾ, ਹੁਣੇ ਕਾਹਨੂੰ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ। ਸ਼ਿਬੋ ਕੀ ਗੱਲ ਹੈ? ਤਾਂ ਨਹੀਂ ਪ੍ਰਸ਼ਾਦ ਚੋਰੀ ਚ ਪਾ ਲਾ ਲੁਕੋ। ਪ੍ਰਸ਼ਾਦ ਕਾਹਦਾ ਪ੍ਰਸ਼ਾਦ ਹੈ? ਓਹੋ, ਤੂੰ ਮੈਨੂੰ ਸਵਾਲ ਹੀ ਕਰਦੀ ਰਹੇਗੀ, ਬਾਬਾ ਜੀ ਨੇ ਨਾਰਾਜ਼ ਹੋ ਜਾਣਾ। ਜਿਹੜਾ ਕੁਛ ਤੈਨੂੰ ਮੈਂ ਕਹਿੰਦੀ ਹਾਂ ਨਾ, ਤੂੰ ਉਵੇਂ ਜ਼ਿਕਰ ਕਰੀ ਜਾ। ਇਹ ਪ੍ਰਸ਼ਾਦ ਨਾ ਕੁੜੀਆਂ ਨੂੰ ਬਿਨਾਂ ਦੱਸੇ ਖਵਾਦੀ। ਹੁਣ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ, ਮੇਰਾ ਤਾਂ ਉਤਲਾਸਾ ਉੱਤੇ ਤੇ ਤਲੜਾਸਾ ਥੱਲੇ ਹੋਇਆ ਪਿਆ। ਐਡੀ ਉੱਚੀ ਚੜ੍ਹਨਾ ਕਿਹੜਾ ਸੌਖਾ ਹੈ, ਹੈ ਮੈਂ ਮਰ ਜਾ। ਜੈ ਹੋ ਬਾਬਿਆਂ ਦੀ, ਜੈ ਹੋਵੇ, ਜੈ ਹੋਵੇ, ਜੈ ਹੋਵੇ ਬਾਬਿਆਂ ਦੀ, ਜੈ ਹੋਵੇ, ਜੈ ਹੋਵੇ ਬਾਬਿਆਂ ਦੀ, ਜੈ ਹੋਵੇ। ਲੈ ਭੂਆ ਪਾਣੀ ਪੀ। ਭੂਆ ਤੈਨੂੰ ਪਤਾ ਨਵਜੋਤ ਹੁਣ ਵਾਪਸ ਨਹੀਂ ਜਾ ਰਿਹਾ, ਇੱਥੇ ਰਹੂਗਾ ਧਰਮ ਸਿੰਘ ਦੇ ਨਾਲ। ਜੈ ਹੋਵੇ ਬਾਬਿਆਂ ਦੀ, ਦੇਖ ਲੈਣੀ ਸ਼ਿਬੂ, ਇਹ ਤਾਂ ਕਮਾਲ ਹੀ ਹੋ ਗਿਆ। ਹਾਲੇ ਮੈਂ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਘਰੇ ਪਹੁੰਚੀ ਹਾਂ ਤੇ ਪ੍ਰਸ਼ਾਦ ਨੇ ਅਸਰ ਦਿਖਾਉਣਾ ਸ਼ੁਰੂ ਕਰਤਾ। ਹੁਣ ਤਾਂ ਪਿੰਕੀ ਤੇ ਨਵਜੋਤ ਦਾ ਵਿਆਹ ਹੋਇਆ ਹੀ ਲੈ, ਤੁਸੀਂ ਜਾ ਕੇ ਨਾ ਛੇਤੀ ਛੇਤੀ ਗੱਲ ਕਰ ਲਓ ਉਹਨਾਂ ਨਾਲ। ਕਿਹੜੇ ਬਾਬੇ, ਕਿੱਥੋਂ ਦੇ ਬਾਬੇ? ਆਪਣੇ ਪਿੰਡ ਦੇ ਬਾਹਰ ਉੱਚੀ ਟਿੱਬੀ ਵਾਲੇ ਬਾਬਾ ਜੀ ਨੇ, ਮੈਨੂੰ ਸੰਤੋ ਨੇ ਦੱਸ ਪਾਈ ਸੀ। ਮੈਂ ਤੇਰੀ ਕੁੜੀਆਂ ਦੇ ਬੰਦ ਭਾਗਾਂ ਲੈ ਗਈ ਸੀ। ਦੇਖ ਤਾਂ ਸਹੀ, ਆਉਂਦੇ ਕਿੱਡੀ ਖੁਸ਼ਖਬਰੀ ਸੁਣਾਈ ਹੈ ਤੂੰ ਮੈਨੂੰ। ਤੂੰ ਨਾ ਇਹ ਪ੍ਰਸ਼ਾਦ ਮੇਰੇ ਕਹੇ ਤੋਂ ਕੁੜੀਆਂ ਨੂੰ ਬਿਨਾਂ ਦੱਸੇ ਖਵਾ ਦੇ। ਤੂੰ ਚਿੰਤਾ ਨਾ ਕਰ ਪੂਗਾ, ਮੈਂ ਪ੍ਰਸ਼ਾਦ ਖਵਾ ਦਊਂਗੀ। ਮੈਨੂੰ ਲੱਗਦਾ ਹੁਣ ਨਵਜੋਤ ਤੇ ਪਿੰਕੀ ਦੀ ਗੱਲ ਬੜੀ ਲੈ। ਵੈਸੇ ਕੁਛ ਮੈਂ ਉਦੋਂ ਵੀ ਬਹੁਤ ਵੈਸੀ ਜਦੋਂ ਤੂੰ ਫੋਨ ਕੀਤਾ ਸੀ, ਮੈਨੂੰ ਤਾਂ ਯਕੀਨ ਹੋ ਗਿਆ ਕਿ ਮੇਰਾ ਪਿਆਰ ਸੱਚਾ। ਮੈਨੂੰ ਪਤਾ ਮੈਂ ਰਾਤ ਕਿਵੇਂ ਕੱਟੀ। ਬੜੀ ਪਿਆਰ ਮੁਹੱਬਤ ਦੀ ਗੱਲਾਂ ਕਰ ਰਿਹਾ ਅੱਜ ਤੂੰ। ਜ਼ਮੀਨ ਦੀ ਕੋਈ ਗੱਲ ਨਹੀਂ ਕੀਤੀ, ਵਾਪਿਸ ਨਹੀਂ ਚਾਹੀਦੀ?
ਗਰਮੀ ਬਹੁਤ।